ਮੇਲ ਦੇ ਮੁਕਾਬਲੇ ਉੱਤੇ ਆਵਾਮ ਨਾਸ ਨੂੰ ਤਾਂ ਨਾ ਹੀ ਪਤਾ, ਖਾਸ ਨੂੰ ਪਤਾ ਹੀ, ਸਾਰਿਆਂ ਦੀ ਗੱਲ ਨਹੀਂ ਨਾ, ਆਵਾਮ ਨਾਸ ਨੂੰ ਨਾ ਹੀ ਪਤਾ, ਖਾਸ ਨੂੰ ਪਤਾ ਹੀ। ਜਿਵੇਂ ਪੀਰ ਮੇਰੇ ਅਲੀ ਸ਼ਾਹ ਰਹਿਮਤੁਲਾਹ ਅਲੈਹ ਫਰਮਾਉਂਦੇ ਨੇ ਕਿ ਕੌਣ ਫਯਕੂਨ ਤੇ ਕੱਲ ਦੀ ਗੱਲ, ਅਸਾਂ ਅੱਗੇ ਫਰੀਦ ਲਗੇ, ਤੂੰ ਮੈਂ ਇਬਾਦਤ ਕਸਰਤ, ਤੂੰ ਮੈਂ ਹਰਫ ਨਿਸ਼ਾਨ ਬਿਨਾ ਹਾ, ਜਦੋਂ ਦਿੱਤੀ ਸੀ ਮੀਮ ਗਵਾਈ, ਮੀਮ ਮੁਹੰਮਦ, ਜਦੋਂ ਦਿੱਤੀ ਸੀ ਮੀਮ ਗਵਾਈ, ਸਾਨੂੰ ਅਜੇ ਪੇ ਦਿਸਦੇ ਉਹ ਬੇਲੇ ਬੂਟੇ ਕਾਈ, ਪੀਰ ਮੇਰ ਅਲੀ ਸ਼ਾਹ ਰਲ ਤਾਈ ਉਹ ਬੈਠੇ ਜੇ ਸਿੰਘ ਦੂਹਾਂ ਨੂੰ ਆਏ। ਇੱਥੇ ਚਰੋਕੜੀਆਂ ਗੱਲਾਂ ਪਈਆਂ ਚੱਲਦੀਆਂ, ਉਦੇ ਚਲਾ ਕੇ ਉਸ ਗੱਲ ਨਵੀਂ ਹੋ ਜਾਸੀ, ਅਕਲ ਗੁਲਜ਼ਾਰ ਕੀ ਸਮਝੇ, ਇਲਮ ਪਾਵੇ ਤੇ ਕੀ ਪਾਵੇ, ਮੁਹੱਬਤ ਇੱਕ ਸਮੁੰਦਰ ਹੈ ਜਿੱਥੋਂ ਤਾਈ। ਅਗਰ ਜੁਨੈਦ ਬਗਦਾਦੀ ਦੇ ਮੁਕਾਬਲੇ ਵਾਸਤੇ ਜਿਹੜਾ ਪਹਿਲਵਾਨ ਤਿਆਰ ਹੋਇਆ, 6 ਮਹੀਨੇ ਲੱਗ ਗਏ ਤੇ ਮੈਦਾਨ ਸਜਾਇਆ ਗਿਆ, ਵਜ਼ੀਰ ਵੀ ਬਾਦਸ਼ਾਹ ਵੀ ਸਟੇਜ ਤੇ ਆ ਕੇ ਬਹਿ ਗਏ, ਆਵਾਮ ਨਾਸ ਆਖਿਆ ਬੜਾ ਕੋਈ ਪਹਿਲਵਾਨ ਹੋਣਾ ਜਿਹੜਾ ਜੁਨੈਦ ਦੇ ਮੁਕਾਬਲੇ ਚ ਆਇਆ, ਜੁਨੈਦ ਨਾਲ ਜਿਹੜਾ ਕੁਸ਼ਤੀ ਕਰੂਗਾ, ਜੁਨੈਦ ਬੜਾ ਤਾਕਤਵਰ ਪਹਿਲਵਾਨ ਹੈ, ਇਸ ਤੇ ਗਿਰਾ ਦੇਣਾ ਔਰ ਉਹਦਾ ਸਰ ਕਲਮ ਹੋ ਜਾਣਾ, ਪਰ ਉਹ ਵੀ ਬੜਾ ਹੋਣਾ ਕੋਈ ਤਾਕਤਵਰ। ਇਸ ਮੇਰੇ ਸਾਹਮਣੇ ਜੁਨੈਦ ਆਏ ਨਾ ਤੇ ਪੂਰਾ ਇਹਨੇ ਮਹਿਸੂਸ ਹੋਇਆ ਗੋਸ਼ਤ ਦਾ ਪਹਾੜ ਡਿੱਗ ਗਿਆ। ਜਿਸਲੇ ਵੇਖਿਆ ਲੋਕਾਂ ਤੇ ਜੁਨੈਦ ਤੇ ਬੜਾ ਕਦਾਵਰ ਔਰ ਜ਼ੋਰਾਵਰ ਪਹਿਲਵਾਨ, ਦੂਜੀ ਸਿਮਤ ਤੋਂ ਵੇਖਿਆ ਕਿਉਂ ਦੂਜਾ ਪਹਿਲਵਾਨ ਨਿਕਲਦਾ ਤੇ ਵੇਖਦੇ ਹਾਂ, ਦੂਜਾ ਵੇਖਿਆ ਤੇ ਇੰਦਾਈ ਕਮਜ਼ੋਰ ਤੇ ਨਾਈਫੀਆ, ਉਹ ਵੀ ਨਿਕਲਿਆ ਬਾਹਰ ਮੈਦਾਨ ਸੱਜਿਆ, ਉਹ ਵੀ ਨਿਕਲਿਆ ਤੇ ਲੋਕਾਂ ਵੇਖਿਆ ਕਿ ਇਹ ਜੋੜ ਤੇ ਨਹੀਂ ਬਣਦਾ, ਇਸ ਜੁਨੈਦ ਦਾ ਇੱਕ ਹੱਥ ਵੀ ਨਹੀਂ ਜਾਣ ਸਕਦਾ, ਇਸ ਤੇ ਜਾਣਿਆ ਮਰ ਜਾਣਾ, ਇੱਥੋਂ ਦਾ ਸਿੱਧਾ ਟੁਰ ਨਹੀਂ ਪੈ ਸਕਦਾ, ਇਸ ਲੜਾਈ ਕਿਹੜੀ ਕਰ। ਲੇਕਿਨ ਉਹ ਬੜੇ ਹੌਸਲੇ ਨਾਲ ਮੈਦਾਨ ਚ ਆਇਆ, ਮੁਸਾਫਾ ਕੀਤਾ ਜੁਨੈਦ, ਮੁਸਾਫਾ ਕਰਕੇ ਆਖਿਆ ਜੁਨੈਦ ਇੱਕ ਗੱਲ ਕਰਨੀ ਹੈ, ਕੰਨ ਵਿੱਚ ਬੜਾ ਮੈਦਾਨ ਸੱਜਿਆ, ਦੁਨੀਆ ਬੜੀ ਆਈ ਹੋਈ, ਇੱਕ ਮੇਰੀ ਵੀ ਗੱਲ ਛੋਟੀ ਜੀ ਸੁਣ। ਜੁਨੈਦ ਕੰਨ ਅੱਗੇ ਕੀਤੇ, ਦੱਸੋ ਜੀ ਕੀ ਗੱਲ, ਕਹਿੰਦੇ ਯਾਰ ਮੈਂ ਕੋਈ ਪਹਿਲਵਾਨ ਨਾ। ਉਸਨੇ ਹੀ ਆਖਿਆ ਮੈਂ ਕੋਈ ਪਹਿਲਵਾਨ ਨਾ, ਮੈਨੂੰ ਤੇ ਪਤਾ ਹੀ ਨਹੀਂ ਪਹਿਲਵਾਨੀ ਕੀ ਹੁੰਦੀ, ਹਾਂ ਇਤਨਾ ਜ਼ਰੂਰ ਹੈ ਆਲੇ ਰਸੂਲ ਅੱਲਾਹ ਸੱਲੱਲਾਹੁ ਅਲੈਹਿ ਵਸੱਲਮ, ਰਸੂਲ ਅੱਲਾਹ ਦੀ ਆਲ ਤੋਂ, ਮਾਈ ਫਾਤਮਾ ਤੋਂ ਜ਼ਾਹਰਾ ਰਜ਼ੀ ਅੱਲਾਹ ਤਾਲਾ ਦਾ ਲਖ ਜਿਗਰ, ਸਰਕਾਰ ਅਲੀ ਦਾ ਖੂਨ, ਮੈਂ ਕੋਈ ਲੜਾਈ ਦਾ ਵੱਲ ਨਹੀਂ, ਕੋਈ ਚੱਜ ਨਹੀਂ, ਇਤਨਾ ਸਾਰਾ ਮਾਣ ਜ਼ਰੂਰ ਹੈ ਉਹਨਾਂ ਦਾ ਖੂਨ ਆ, ਤੇ ਬੱਚੇ ਭੁੱਖੇ ਮਰਦੇ ਪਿਆ, ਉਹਨਾਂ ਨੂੰ ਬਚਾਉਣ ਵਾਸਤੇ ਮੈਂ ਤੇ ਆ ਕੇ ਸੰਗਲ ਉੱਤੇ ਕਦਮ ਰੱਖ ਦਿੱਤਾ, ਤੇਰਾ ਚੈਲੰਜ ਕਬੂਲ ਕਰ ਲਿਆ, ਤੇਰੇ ਵਾਸਤੇ ਲੜਾਈ ਕਰਨੀ ਕਬੂਲ ਕਰ ਲਈ, ਅੱਜ ਮੈਂ ਤੇਰੇ ਕੋਲੋਂ ਆਪਣੇ ਨਾਨੇ ਦੇ ਨਾਂ ਤੇ ਕੰਡ ਮੰਗਦਾ, ਦੇਣੀ ਗਵਾਰੇ ਹੀ ਇਹਨੂੰ ਗੱਲ, ਨਾਨੇ ਦੇ ਨਾਂ ਤੇ ਕੰਡ ਮੰਗਦਾ। ਮੇਰੇ ਦੋਸਤ ਇੱਥੇ ਜੁਨੈਦ ਨੂੰ ਕੰਡ ਦੇਣੀ ਬੜੀ ਔਖੀ ਆ, ਜਰਾ ਸੋਚ ਕੇ ਗੱਲ ਹੁੰਦਾ, ਜੁਨੈਦ ਦੀਆਂ ਰੋਟੀਆਂ ਵੀ ਕੰਡ, ਜੁਨੈਦ ਦੀ ਇੱਜ਼ਤ ਵੀ ਕੰਡ, ਬਾਦਸ਼ਾਹ ਅਗਰ ਉਹਦਾ ਇਤਰਾਮ ਕਰਦਾ ਤੇ ਸਿਰਫ ਉਸ ਕੰਡ ਪਿੱਛੇ ਇਤਰਾਮ ਕਰਦਾ, ਉਹਦੀ ਜੁਰਤ ਪਿੱਛੇ ਉਹਦਾ ਇਤਰਾਮ ਕਰਦਾ ਵਾ, ਅਗਰ ਸਾਰੇ ਪੂਰੀ ਬਾਦਸ਼ਾਹੀ ਵਿੱਚ ਉਸਦੀ ਤਾਜ਼ੀਮ ਕੀਤੀ ਜਾਂਦੀ ਹੈ ਤੇ ਸਿਰਫ ਬਹਾਦਰੀ ਕਿੱਥੇ ਪਿੱਛੇ ਕੀਤੀ ਜਾਂਦੀ ਹੈ, ਅਗਰ ਉਹ ਦੇ ਛੱਡਾ ਉਹਦੇ ਪੱਲੇ ਰਹਿ ਕੇ ਨਹੀਂ ਛਾ ਜਾਂਦੇ। ਜੁਨੈਦ ਨੂੰ ਇੱਥੇ ਬੜਾ ਮੁਸ਼ਕਿਲ ਆਈ, ਲੇਕਿਨ ਜੁਨੈਦ ਦੇ ਵਕਤ ਜਾਗ, ਜੁਨੈਦ ਫੌਰਨ ਆਖਿਆ ਇਹ ਸੈਯਦ ਜ਼ਾਦੇ ਜਿਸ ਦੇ ਨਾਂ ਉੱਤੇ ਤੂੰ ਕੰਡ ਮੰਗੀ ਹੈ ਮੇਰੀ ਜਾਨ ਵੀ ਕੁਰਬਾਨ ਹੈ, ਮੈਂ ਆਪਣੀ ਜਾਨ ਵੀ ਉਹਦੇ ਉੱਤੇ ਨਿਸਾਰ ਕਰਨ ਵਾਸਤੇ ਤਿਆਰ ਹਾਂ, ਮੈਂ ਕੋਈ ਦੇਰ ਨਹੀਂ ਲਾਣੀ, ਮੈਂ ਕੋਈ ਸੋਚਣਾ ਨਹੀਂ, ਸੋਚਣ ਵਾਲੇ ਸੋਚਦੇ ਹੀ ਰਹਿ ਜਾਂਦੇ ਨੇ, ਕਾਸ਼ ਕਦਮ ਚਾਹ ਜਾਂਦੇ, ਕਾਸ਼ ਕਦਮ ਚਾਹ ਜਾਂਦੇ ਨੇ, ਸੋਚਣ ਵਾਲੇ ਸੋਚਦੇ ਹੀ ਰਹਿ ਜਾਂਦੇ ਨੇ। ਖਾਜਾ ਮੁਹੰਮਦ ਯਾਰ ਫਰੀਦੀ ਫਰਮਾਉਂਦੇ ਨੇ ਹਕੀਕਤ ਮੁਹੰਮਦ ਦੀ ਪਾ ਕੋਈ ਨਹੀਂ ਸਕਦਾ, ਹਕੀਕਤ ਮੁਹੰਮਦ ਦੀ ਪਾ ਕੋਈ ਨਹੀਂ ਸਕਦਾ, ਇੱਥਾਂ ਚੁੱਪਦੀ ਜਾਹੇ ਅਲਾ ਕੋਈ ਨਹੀਂ ਸਕਦਾ, ਮੁਹੰਮਦ ਦੀ ਸੂਰਤ ਹੈ ਸੂਰਤ ਖੁਦਾ ਦੀ, ਮੈਨੇ ਦਿਲ ਤੋਂ ਨਕਸ਼ਾ ਮਿਟਾ ਕੋਈ ਨਹੀਂ ਸਕਦਾ, ਮਜ਼ਾਹਿਬ ਦੇ ਝਗੜੇ ਅਸਾਂ ਛੋੜ ਦਿੱਤੇ, ਮੁਹੱਬਤ ਦਾ ਝਗੜਾ ਛੁੜਾ ਕੋਈ ਨਹੀਂ ਸਕਦਾ, ਮੁਹੱਬਤ ਦਾ ਫਰਮਾਉਂਦੇ ਕੋਈ ਝਗੜਾ ਨਹੀਂ ਛੁੜਾ ਸਕਦਾ। ਆਪ ਉਸ ਨਾਦਿਨ ਜੁਨੈਦ ਬਗਦਾਦੀ ਆਦਿਨ ਕਿ ਮੈਂ ਤੇਰੇ ਨਾਲ ਕੁਸ਼ਤੀ ਤੇ ਹੁਣ ਕਰਨ ਵਾਸਤੇ ਆ ਗਿਆ, ਡਾਣਾ ਤੇ ਮੈਂ ਹੈ ਹੀ ਸਰ, ਪਰ ਤੇਰੇ ਨਾਨੇ ਦੇ ਨਾਂ ਤੋਂ ਮੈਂ ਕੰਡ ਵਾਰ ਛੱਡੀ, ਮੇਨ ਕਰ ਕੋਈ ਸਾਹਮਣੇ ਮੂੰਹ ਸਿਰ ਤੇ ਬਣਾ ਨਾ, ਕੋਈ ਮੈਂ ਡਾਹ ਤੇ ਸਹੀ, ਕੋਈ ਇਲਾਜ ਉਲਾਜ ਸੀ ਜਣੇ ਇਤਨਾ ਇੱਕ ਮੈਂ ਕਰ ਲੈ ਸੀ, ਪਹਿਲਾਂ ਕੁਸ਼ਤੀ ਸ਼ੁਰੂ ਹੋ ਗਈ, ਉਹ ਛੋਟੂ ਨਹੀਂ ਪਹਿਲਵਾਨ ਸੈਯਦ ਜ਼ਾਦਾ ਉਸ ਧੱਕਾ ਮਾਰਿਆ, ਜੁਨੈਦ ਡਾਣਾ ਆ ਗਈ ਆ, ਜੁਨੈਦ ਹੈ ਜਿਸਰੇ ਡੱਟੇ ਨਾ ਤੇ ਅੱਖਾਂ ਬੰਦ ਕਰ ਲਈਆਂ, ਲੋਕਾਂ ਇਤਰਾਜ਼ ਕਰਨਾ ਤਨਕੀਦ ਕਰਨਾ ਵਬੈਲਾ ਸ਼ੁਰੂ ਹੋ ਗਿਆ, ਜੁਨੈਦ ਨੂੰ ਕੀ ਹੋ ਗਿਆ, ਜੁਨੈਦ ਗਿਰ ਗਿਆ, ਜਿਸਨੇ ਜੁਨੈਦ ਅੱਖਾਂ ਖੋਲੀਆਂ ਤੇ ਨਜ਼ਰ ਅਰਸ਼ੇ ਮੌਲਾ ਤੱਕ ਪਾਰ, ਨਜ਼ਰ ਅਰਸ਼ੇ ਮੌਲਾ ਤੱਕ ਪਾਰ ਹੋ ਗਈ, ਨਿਕਾ ਸੈਯਦ ਜ਼ਾਦਾ ਨੱਚਣ ਲੱਗ ਪਿਆ, ਜੁਨੈਦ ਦਾਦੇ ਨੇ ਇਹਨੇ ਹੀ ਆਪਣੇ ਹੱਥਾਂ ਨਾਲ ਮੈਂ ਪੁੱਠਾ ਵੀ ਕੀਤੀ ਜਾਓ, ਇਹਨੇ ਹੀ ਹੱਥਾਂ ਨਾਲ, ਇਹਨਾਂ ਹੱਥਾਂ ਨਾਲ ਹੀ ਮੈਂ ਪੁੱਠਾ ਵੀ ਕੀਤੀ ਜਾਓ, ਜੁਨੈਦ ਦੇ ਨਜ਼ਦੀਕ ਉਹ ਸੈਯਦ ਜ਼ਾਦਾ ਆ ਕੇ ਜਿਸੇ ਪੁੱਠਾ ਕਰ ਦਿੰਦੇ ਤੇ ਨਜ਼ਰ ਪੈ ਤੋਂ ਸਰਾਹ ਤੱਕ ਪਾਰ ਹੋ ਜਾਂਦੀ ਹੈ, ਲੋਕ ਤਨਕੀਦ ਕਰਨਾ ਸ਼ੁਰੂ ਕਰ ਦਿੰਦੇ ਨੇ, ਲੋਕ ਤਾਨੇ ਦੇਣ ਲੱਗ ਪਾਉਂਦੇ ਨੇ,
جنید سارے دے تانے برداشت کر دے صبر کر دے اپنے گھر پہنچ دے گھر جاندے تو اسے وقت نیند ہوندی ہے خواب ہوندی ہے نظارہ ہوندا سرکار دو عالم تشریف لے آندے سرکار فرماندے نے جنید اگے اج میری عزت تو میرے بچیاں دی عزت تو اپنا سب کچھ وار دیتا پر جڑا میرے تو وار چھڈیا دا کدی ختم نہیں ہویا اج میری گل یاد رکھ لے اگے تو پہلواناں دا سردار آئے تے میں تانوں ولیاں دا سردار سبحان اللہ سبحان اللہ آخر دے اپنے شاہ دے شیر سنا گل ختم کردا اڈے نقطہ وین تو وین بندا مجرم مارن تائیں بنا دے اڈے نقطہ وین تو وین بندا مجرم مارن تائیں بنا دے وے ایک سجدہ وچ حسین قدری اس سجدے تو مراد تعظیم ایک سجدہ وچ حسین قدمی ذات خودی صاف بدلا دے ایک سجدیوں خون شیطان بنتا توک لانتا دا گلے پا دے وے سنگت پاکا دی پاک گلزار کر دی کتا جنتا نے پہنچا دے